ਕੀ ਤੁਹਾਡੀ ਬਗਲ ਦੇ ਵਿੱਚੋਂ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਔਰ ਤੁਸੀਂ ਹਰ ਵੇਲੇ ਜੈਕਟ ਪਾ ਕੇ ਰੱਖਦੇ ਹੋ ਭਾਵੇਂ ਗਰਮੀ ਦਾ ਮੌਸਮ ਵੀ ਕਿਉਂ ਨਾ ਹੋਵੇ ਤਾਂ ਤੁਸੀਂ ਹਾਈਪਰਹਾਈਡਰੋਸਿਸ ਦੀ ਬਿਮਾਰੀ ਨਾਲ ਗ੍ਰਸਤ ਹੋ। ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਡਾਕਟਰ ਨਵਦੀਪ ਸਿੰਘ ਨੰਦਾ, ਥੋਰੈਸਿਕ ਸਰਜਨ, ਅਮਨਦੀਪ ਮੈਡੀਸਿਟੀ ਹਸਪੀਟਲ, ਅੰਮ੍ਰਿਤਸਰ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਬਿਮਾਰੀ ਬਾਰੇ ਜਿਸਦਾ ਨਾਮ ਹੈ ਹਾਈਪਰਹਾਈਡਰੋਸਿਸ। ਹਾਈਪਰਹਾਈਡਰੋਸਿਸ ਕੀ ਹੁੰਦਾ ਹੈ? ਜਦੋਂ ਕਿਸੇ ਨੂੰ ਵੀ ਚਿਹਰੇ ਤੇ, ਅੰਡਰ ਆਰਮਸ, ਹੱਥਾਂ ਜਾਂ ਪੈਰਾਂ ਦੇ ਵਿੱਚ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਉਸ ਬਿਮਾਰੀ ਨੂੰ ਹਾਈਪਰਹਾਈਡਰੋਸਿਸ ਕਿਹਾ ਜਾਂਦਾ ਹੈ। ਪਸੀਨਾ ਆਉਣਾ ਇੱਕ ਨਾਰਮਲ ਪ੍ਰਤੀਕਿਰਿਆ ਹੈ, ਲੇਕਿਨ ਜਦੋਂ ਸਾਡਾ ਸਰੀਰ ਨਾਰਮਲ ਨਾਲੋਂ ਜ਼ਿਆਦਾ ਪਸੀਨਾ ਪ੍ਰੋਡਿਊਸ ਕਰੇ ਸਾਡੇ ਬਾਡੀ ਟੈਂਪਰੇਚਰ ਨੂੰ ਰੈਗੂਲੇਟ ਕਰਨ ਲਈ ਤਾਂ ਉਸਨੂੰ ਹਾਈਪਰਹਾਈਡਰੋਸਿਸ ਕਿਹਾ ਜਾਂਦਾ ਹੈ। ਹਾਈਪਰਹਾਈਡਰੋਸਿਸ ਦੋ ਪ੍ਰਕਾਰ ਦਾ ਹੁੰਦਾ ਹੈ, ਪ੍ਰਾਇਮਰੀ ਅਤੇ ਸੈਕੰਡਰੀ। ਪ੍ਰਾਇਮਰੀ ਹਾਈਪਰਹਾਈਡਰੋਸਿਸ ਦੇ ਮੁੱਖ ਕਾਰਨ ਹੁੰਦੇ ਨੇ ਜਾਂ ਤੇ ਉਹ ਹੈਰੀਡਿਟਰੀ ਹੁੰਦਾ ਹੈ ਜਾਂ ਜੈਨੇਟਿਕ ਡਿਸਆਰਡਰਸ ਰਿਲੇਟਡ ਹੋ ਸਕਦਾ ਹੈ ਜਾਂ ਅਨਨੋਨ ਕਾਰਨਾਂ ਕਰਕੇ ਇਹ ਬਿਮਾਰੀ ਹੋ ਸਕਦੀ ਹੈ। ਯੂਜਲੀ ਜਿਹੜੇ ਇਸ ਦੇ ਮਰੀਜ਼ ਹੁੰਦੇ ਨੇ ਉਹਨਾਂ ਨੂੰ ਹੱਥਾਂ, ਪੈਰਾਂ ਜਾਂ ਅੰਡਰ ਆਰਮਸ ਦੇ ਵਿੱਚ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ। ਇਨੀਸ਼ੀਅਲ ਤੌਰ ਤੇ ਸਾਰੇ ਮਰੀਜ਼ ਮੈਡੀਕਲ ਟ੍ਰੀਟਮੈਂਟ ਲੈਂਦੇ ਹਨ ਜਿਹਦੇ ਵਿੱਚ ਹੱਥਾਂ ਤੇ ਪਾਊਡਰ ਲਗਾਉਣਾ, ਕ੍ਰੀਮਸ ਲਗਾਉਣਾ, ਬੋਟੌਕਸ ਇੰਜੈਕਸ਼ਨਸ ਕਰਵਾਉਣਾ, ਇਹ ਸਾਰੇ ਟ੍ਰੀਟਮੈਂਟ ਕਾਰਗਰ ਹੁੰਦੀਆਂ ਨੇ। ਬਟ ਕਾਫੀ ਸਾਰੇ ਮਰੀਜ਼ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਵਿੱਚ ਕਈ ਸਾਲਾਂ ਦੀ ਇਹਨਾਂ ਦੇ ਟ੍ਰੀਟਮੈਂਟ ਦੇ ਬਾਵਜੂਦ ਕੋਈ ਰਿਜ਼ਲਟਸ ਨਹੀਂ ਆ ਪਾਉਂਦੇ। ਉਹਨਾਂ ਦੇ ਹੱਥਾਂ ਅਤੇ ਪੈਰਾਂ ਦੇ ਵਿੱਚ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ, ਉਹਨਾਂ ਨੂੰ ਕਾਗਜ਼ ਉੱਤੇ ਲਿਖਣ ਵਿੱਚ ਤਕਲੀਫ ਆਉਂਦੀ ਹੈ, ਉਹਨਾਂ ਨੂੰ ਜੁਰਾਬਾਂ ਪਾਉਣ ਵਿੱਚ ਤਕਲੀਫ ਆਉਂਦੀ ਹੈ। ਇਹਨਾਂ ਪੇਸ਼ੈਂਟਸ ਦੇ ਵਿੱਚ ਸਰਜਰੀ ਦਾ ਬਹੁਤ ਮਹੱਤਵਪੂਰਨ ਰੋਲ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਐਂਡੋਸਕੋਪਿਕ ਸਿੰਪਥੈਕਟਮੀ, ਯਾਨੀ ਕਿ ਦੂਰਬੀਨ ਰਾਹੀਂ ਸਾਡੇ ਪਸੀਨੇ ਨੂੰ ਕੰਟਰੋਲ ਕਰਨ ਵਾਲੀ ਨਸ ਦਾ ਕੱਟਣ ਦਾ ਆਪਰੇਸ਼ਨ। ਇਹ ਆਪਰੇਸ਼ਨ ਅਸੀਂ ਦੂਰਬੀਨ ਰਾਹੀਂ ਕਰਦੇ ਹਾਂ। ਇਹ ਆਪਰੇਸ਼ਨ ਇੱਕ ਡੇ ਕੇਅਰ ਪ੍ਰੋਸੀਜਰ ਹੈ, ਪੇਸ਼ੈਂਟ ਸਵੇਰੇ ਆਉਂਦੇ ਹਨ, ਦੂਰਬੀਨ ਰਾਹੀਂ ਆਪਰੇਸ਼ਨ ਕੀਤਾ ਜਾਂਦਾ ਹੈ ਔਰ ਸ਼ਾਮ ਤੱਕ ਪੇਸ਼ੈਂਟ ਡਿਸਚਾਰਜ ਹੋ ਜਾਂਦੇ ਹਨ। ਇਹਦੇ ਰਿਜ਼ਲਟਸ ਇਮੀਡੀਏਟ ਦੇਖੇ ਜਾਂਦੇ ਹਨ। ਆਪਰੇਸ਼ਨ ਦੇ ਦੌਰਾਨ ਹੀ ਜਿਹੜੇ ਮਰੀਜ਼ ਦੇ ਹੱਥ ਉਹ ਸੁੱਕ ਜਾਂਦੇ ਹਨ ਔਰ ਉਸ ਤੋਂ ਬਾਅਦ ਪੇਸ਼ੈਂਟ ਨੂੰ ਕੰਪਲੀਟ ਆਰਾਮ ਮਿਲ ਜਾਂਦਾ ਹੈ। ਇਹ ਇਸ ਬਿਮਾਰੀ ਦਾ ਪਰਮਾਨੈਂਟ ਸੋਲੂਸ਼ਨ ਹੈ। ਦੂਸਰੀ ਤਰ੍ਹਾਂ ਦਾ ਹੁੰਦਾ ਹੈ ਸੈਕੰਡਰੀ ਹਾਈਪਰਹਾਈਡਰੋਸਿਸ, ਜਿਹਦੇ ਕਿ ਮੁੱਖ ਕਾਰਨ ਹੁੰਦੇ ਹਨ ਸਿਸਟਮਿਕ ਡਿਸਆਰਡਰਸ, ਯਾਨੀ ਕਿ ਸਰੀਰ ਵਿੱਚ ਹੋਣ ਵਾਲੇ ਅਨਿਕ ਬਿਮਾਰੀਆਂ ਜਿਵੇਂ ਕਿ ਥਾਇਰੋਇਡ, ਡਾਇਬੀਟੀਜ਼, ਕੈਂਸਰ ਯਾਨੀ ਕਰਕ ਰੋਗ, ਇਹਨਾਂ ਬਿਮਾਰੀਆਂ ਕਾਰਨ ਜਨਰਲਾਈਜ਼ਡ ਹਾਈਪਰਹਾਈਡਰੋਸਿਸ ਹੋ ਸਕਦਾ ਹੈ ਔਰ ਮੋਸਟਲੀ ਇਸ ਬਿਮਾਰੀ ਨੂੰ ਅਸੀਂ ਮੈਡੀਕਲ ਤਰੀਕੇ ਨਾਲ ਹੀ ਯਾਨੀ ਕਿ ਦਵਾਈਆਂ ਨਾਲ ਹੀ ਟ੍ਰੀਟ ਕਰਦੇ ਹਾਂ। ਜੇ ਤੁਹਾਨੂੰ ਜਾਂ ਤੁਹਾਡੇ ਕਿਸੇ ਜਾਣਕਾਰ ਨੂੰ ਹਾਈਪਰਹਾਈਡਰੋਸਿਸ ਦੀ ਬਿਮਾਰੀ ਹੈ ਤਾਂ ਥੱਲੇ ਦਿੱਤੇ ਹੋਏ ਨੰਬਰ ਉੱਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ।